गुस्साए बहे ग।
कबीर निग साए बह गए कबीर Thank you.
भव जल विखुम संसार है। Yeah.
संसार नो समुंदर दा नाम श्री गुरु ग्रंथ साहिब दी बाणी ने बहुत थां दित्ता है ते ए भी एग्जांपल बनाई है कि इस संसार समुंदर विच असी तुसी सारे ए जीवन दियां बेड़ियां लै के ठिल्ले पे हैं। जीवन एक किश्ती है, एक बेड़ी है। एक ख्याल करियो, गुरबाणी दे वाख वाख शब्दां विच जीवन दी बेड़ी दे वाख वाख पहलुआं नूं चिता रहा गया है। एग्जाम्पल बड़ी सकारत है बनावटी ने, जो असि उस एग्जाम्पल नूं समझांगे ना सानूं पता लग जाएगा कोई गल हवाई नहीं कीती गई, ख्वाबी नहीं कीती गई। लॉजिक किसी भी सागर समुंदर दरिया नूं तरन वास्ते बेड़ी दी लोड़ है, पर निरी बेड़ी दी नहीं, उनके नाल बहुत सारिया चीजा जुड़िया हुई ने। बेड़ी बनाई ही क्यों गई, बेड़ी दी लोड़ ही क्यों पई, क्योंकि मनुख ए महसूस कर गया कि मैनू पारले किनारे ते जाना जरूरी है। जिन्हें जाना ही नहीं उन बेड़ी दी की लोड़ है। बढ़िया गुरबाणी दी एग्जाम्पल उदाहरणा ने श्री गुरु ग्रंथ साहिब विच बेड़ी होवे भी किनारे ते खलोती, मैं पार ही नहीं जाना, उस पारले किनारे नाल मेरा कोई संबंध ही नहीं, उत्थे कोई मेरा रिश्तेदार नहीं रहिंदा, कोई मित्र नहीं रहिंदा। मेरे वास्ते बेड़ी होवे ना होवे, पानी डोबू होवे जा तारू होवे, मैनू की फर्क पैंदा। हुण पहला मसला है कि तू पार क्यों जाना है, बेड़ी दी लोड़ क्यों पई। मैं चाहना सी इस लफज दे इस श्लोक दे हर पहलू नूं विचारीए। गुरु ने बाणी विच भी फैसला दे दिता, कहन लगे कोई पारंवार नहीं, वो अपार है पर पार रहता है। संसार समुंदर दे उरले किनारे ते खलो के मैं पारले किनारे दे सज्जन नु किवें मिल पावांगा, बड़ी मुश्किल है। इसलिए मैनू ते बेड़ी दी लोड़ है। पार सज्जन अपार प्रीतम,
ਬੇੜੀ ਦੀ ਲੋੜ ਹੈ, ਬੇੜੀ ਚਲਾਉਣ ਵਾਲੇ ਮਲਾਹ ਦੀ ਵੀ ਲੋੜ ਹੈ। ਇੱਕ ਚੀਜ਼ ਨਹੀਂ ਕਈ ਚੀਜ਼ਾਂ, ਪਹਿਲਾਂ ਬੇੜੀ ਦੀ ਲੋੜ ਦਾ ਅਹਿਸਾਸ ਕਰੇ। ਉਹ ਤਾਂ ਹੋਏਗਾ ਜੇ ਪਾਰਲੇ ਨਾਲ ਕੋਈ ਰਿਸ਼ਤਾ ਗੰਢੇਗਾ, ਉਧਰ ਜਾਣ ਦੀ ਆਸ ਬਣਾਏਗਾ, ਲੋਚਾ ਬਣਾਏਗਾ ਤਾਂ। ਤੇ ਫਿਰ ਜੇ ਪਾਰ ਜਾਣਾ ਹੈ ਤਾਂ ਬੇੜੀ ਦੀ ਲੋੜ ਹੈ। ਇਹ ਮਨ ਮੇਰਿਆ ਬਿਨ ਬੇੜੀ ਪਾਰ ਨਾ ਬਣੇਗਾ, ਉਹ ਨਹੀਂ ਜਾ ਸਕੇ। ਹੁਣ ਦੁਨੀਆਂ ਦਾ ਹਰ ਮਨੁੱਖ ਚਾਹੇ ਕਿ ਮੈਂ ਆਪਣੀ ਬੇੜੀ ਆਪ ਚਲਾ ਕੇ ਲੈ ਜਾਵਾਂ ਤਾਂ ਬੜਾ ਮੁਸ਼ਕਿਲ ਹੈ, ਪੈਸੰਜਰ ਮੁਸਾਫਰ ਬਹੁਤ ਹੁੰਦੇ ਨੇ, ਪਰ ਸਾਰੇ ਤਾਂ ਬੇੜੀ ਚਲਾ ਹੀ ਨਹੀਂ ਸਕਦੇ। ਈਵਨ ਇੱਥੋਂ ਤੱਕ ਕਿ ਦਰਿਆ ਦੇ ਸਾਗਰ ਦੀਆਂ ਗਹਿਰਾਈਆਂ, ਲਹਿਰਾਂ, ਖਤਰਿਆਂ ਦਾ ਉਹਨਾਂ ਨੂੰ ਅਹਿਸਾਸ ਵੀ ਨਹੀਂ ਹੁੰਦਾ। ਜਿਹੜੇ ਰੋਜ਼ ਦੇ ਜਾਨੂ ਮਲਾਹ ਨੇ ਨਾ, ਜਿਹੜੇ ਉਸ ਸਮੁੰਦਰ ਦੇ ਖਤਰਿਆਂ ਨੂੰ ਜਾਣਦੇ ਨੇ, ਉਹੋ ਹੀ ਮਲਾਹ ਸਿਆਣੇ ਪਾਰ ਲਗਾਉਂਦੇ ਨੇ। ਹੁਣ ਇੱਥੇ ਜ਼ਰੂਰਤ ਪੈ ਗਈ ਬੇੜੀ ਦੀ, ਅਤੇ ਬੇੜੀ ਨਾਲ ਫਿਰ ਮਲਾਹ ਦੇ। ਜੇ ਮਲਾਹ ਨਹੀਂ ਤਾਂ ਬੇੜੀ ਦਾ ਕੋਈ ਫਾਇਦਾ ਨਹੀਂ। ਪਹਿਲਾਂ ਤਾਂ ਸਾਡੇ ਕੋਲ ਬੇੜੀ ਕੋਈ ਨਹੀਂ, ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਬੇੜਾ ਬੰਧ ਨਾ ਸਕੀਓ, ਬੇੜਾ ਬੰਧ ਨਾ ਸਕੀਓ, ਬੰਧਨ ਕੀ ਵੇਲਾ ਪਰ ਸਰੋਵਰ ਜਬ ਉਛਲੇ ਤਬ ਤਰਨ ਦੋਹੇਲਾ। ਸਾਡੇ ਕੋਲ ਬੇੜੀ ਕੋਈ, ਤੇ ਜੇ ਬੇੜੀ ਹੈ ਤਾਂ ਮਲਾਹ ਕੋਈ ਨਹੀਂ। ਮੈਂ ਚਲਾਣਾ ਨਹੀਂ ਜਾਣਦਾ, ਹੁਣੇ ਤੋਂ ਆਈ ਸੀ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਣ, ਮੈਂ ਤਾਂ ਅਜਾਣ ਅਨਲ ਬੇੜਾ, ਬੇੜਾ ਪੁਰਾਣਾ ਹੈ, ਖੇਵ ਨਾ ਸਾਕੋ, ਮੈਂ ਚਲਾਉਣਾ ਨਹੀਂ ਜਾਣਦਾ ਅਜਾਣ। ਪਹਿਲਾਂ ਬੇੜੀ ਦੀ ਲੋੜ ਕਿਉਂ ਪਈ? ਕਿਉਂ ਦੇਖੋ ਕਿੰਨੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਪੈਂਦੀਆਂ ਨੇ ਤਦ ਇਸ ਨੂੰ ਸਮਝ। ਪਹਿਲਾਂ ਬੇੜੀ ਦੀ ਲੋੜ ਪਈ ਕਿਉਂਕਿ ਪਾਰ ਕੋਈ ਹੈ, ਮੇਰਾ ਜਾਣਾ ਜ਼ਰੂਰੀ ਹੈ। ਫਿਰ ਬੇੜੀ ਦੇ ਨਾਲ ਮਲਾਹ ਦੀ ਲੋੜ ਪਈ ਕਿਉਂਕਿ ਮੈਂ ਨਹੀਂ ਜਾਣਦਾ ਤਰਨ। ਮਲਾਹ ਨੂੰ ਪਤਾ ਇਸ ਬੇੜੀ ਵਿੱਚ ਕਿਹੜੀ ਚੀਜ਼ ਨੂੰ ਕਿੰਨੀ ਮਿਕਦਾਰ ਵਿੱਚ ਰੱਖਣਾ, ਮੈਨੂੰ ਨਹੀਂ ਪਤਾ। ਇੱਥੇ ਤਾਂ ਇਹ ਵੀ ਹੈ ਕਿ ਬੇੜੀ ਸਧਾਰਨ ਹੈ ਪਰ ਮੈਂ ਪੱਥਰ ਪਾਪ ਬੋਲ ਦਿੰਦੇ ਆ, ਇਸ ਚੀਜ਼ ਦਾ ਮੈਨੂੰ ਪਤਾ ਨਹੀਂ, ਅਜਾਣ। ਹੁਣ ਮਸਲਾ ਆ ਗਿਆ, ਮਲਾਹ ਦੀ ਲੋੜ ਹੈ। ਤੇ ਫਿਰ ਅਜੀਬ ਗੱਲ ਹੈ, ਮਲਾਹ ਸਿਆਣਾ ਚਾਹੀਦਾ ਹੈ, ਜ਼ਰੂਰੀ ਨਹੀਂ ਮੈਂ ਤਾਂ ਮਲਾਹ ਨੂੰ ਜਾਣਦਾ ਹੀ ਨਹੀਂ। ਗੁਰੂ ਨੇ ਬਾਣੀ ਕਹਿ ਦਿੱਤਾ, ਕਹਿੰਦੇ ਲੰਮੀ ਲੰਮੀ ਨਦੀ ਵਹੇ ਕੰਧੀ ਕੇਰੇ ਕਿਨਾਰੇ ਨੂੰ ਪੱਤ ਨੀ ਕਹਿੰਦੇ ਨੇ, ਉਸ ਕਿਨਾਰੇ ਤੇ ਰਹਿਣ ਵਾਲੇ ਬਲਾ ਨੂੰ। ਲਫ਼ਜ਼ ਸੁਚੇਤ ਹੈ ਜਾਂ ਪਰਤਨ ਰਹੇ ਸੁਚੇਤ ਸਿਆਣਾ। ਸਿਆਣਾ ਮਲਾਹ ਚਾਹੀਦਾ, ਇਹਦਾ ਭਰੋਸਾ ਕਿਵੇਂ ਆਵੇ, ਕਿਵੇਂ ਆਵੇ?
ਆਪਣੀ ਰੋਜ਼ਾਨਾ ਜ਼ਿੰਦਗੀ ਚ ਵੇਖੇ ਹੋ। ਕਈਆਂ ਨੇ ਕਰੂਜ਼ ਤੇ ਸਫ਼ਰ ਕੀਤੇ ਹੋਣੇ, ਕਰੂਜ਼ ਤੇ ਗਏ ਹੋ, ਜਹਾਜ਼ ਤੇ ਸਫ਼ਰ ਤਾਂ ਅਸੀਂ ਰੋਜ਼ ਕਰਨੇ। ਇੱਥੇ ਵੀ ਪਾਇਲਟ ਹੈ, ਉੱਥੇ ਮਲਾਹ ਹੈ। ਹੁਣ ਅਜੀਬ ਗੱਲ ਇਹ ਹੈ ਵੀ ਉਹ ਜਿਹੜਾ ਕਰੂਜ਼ ਚਲਾਉਣ ਵਾਲਾ, ਜਹਾਜ਼ ਨੂੰ ਚਲਾਉਣ ਵਾਲਾ ਖੇਵਟ ਹੈ, ਮਲਾਹ ਹੈ, ਉਹਨੂੰ ਅਸੀਂ ਜਾਣਦੇ ਹਾਂ। ਹੈ ਜ਼ਰੂਰ, ਬੁਕਿੰਗ ਕਰਨ ਵਾਲੇ ਨੇ, ਜਦੋਂ ਤੁਸੀਂ ਬੈਠ ਜਾਂਦੇ ਹੋ ਜਹਾਜ਼ ਵਿੱਚ, ਤੁਹਾਨੂੰ ਪਹਿਲਾਂ ਦੱਸਿਆ, ਆਵਾਜ਼ ਦਿੱਤੀ ਜਾਂਦੀ ਹੈ, ਫਲਾਣਾ ਮਲਾਹ, ਫਲਾਣਾ ਕੈਪਟਨ ਇਸ ਜਹਾਜ਼ ਨੂੰ ਦੀ ਅਗਵਾਈ ਕਰਨ ਵਾਲਾ। ਸਿਰਫ ਤੁਹਾਨੂੰ ਨਾ ਹੀ ਦੱਸਿਆ ਜਾਂਦਾ, ਇਸ ਤੋਂ ਜ਼ਿਆਦਾ ਕੁਛ ਨਹੀਂ, ਨਾਮ ਦੱਸਿਆ ਜਾਂਦਾ, ਕੋਈ ਉਹਦੀ ਕੁਆਲੀਫਿਕੇਸ਼ਨ, ਕੋਈ ਉਹਦਾ ਤਜਰਬਾ ਤੁਹਾਨੂੰ ਨਹੀਂ ਪਤਾ। ਤੁਸੀਂ ਤਾਂ ਉਹਨੂੰ ਵੇਖਿਆ ਵੀ ਨਹੀਂ, ਵੇਖਿਆ ਵੀ ਨਹੀਂ, ਪਰ ਜਿਹਨੂੰ ਤੁਸੀਂ ਵੇਖਿਆ ਨਹੀਂ ਉਹਦੇ ਤੇ ਇੰਨਾ ਵਿਸ਼ਵਾਸ, ਜਿਸ ਵੇਲੇ ਤੁਸੀਂ ਜਹਾਜ਼ 'ਚ ਬੈਠ ਗਏ ਉਸ ਤੋਂ ਬਾਅਦ ਤੁਹਾਡੀ ਮਰਜ਼ੀ ਖਤਮ ਹੋ ਗਈ। ਇਸ ਸ਼ਬਦ ਦੀ, ਇਸ ਦੀ ਅਗਲੀ ਲਾਈਨ ਪੜ੍ਹੋ, ਉੱਥੇ ਕੀ ਹੈ, ਖਸਮ ਕੋਈ ਨਹੀਂ। ਆਪਾਂ ਦੂਜੇ ਲਫ਼ਜ਼ਾਂ 'ਚ ਨੰਨਾ ਖਸਮ ਦੇ ਕੇ ਲਾ ਦੇ, ਕੀ ਬਣ ਜਾਂਦਾ, ਨੀ ਖਸਮਾ, ਜਿੰਦਾ ਕੋਈ ਖਸਮ ਨਾ ਹੋਵੇ, ਜਿੰਦਾ ਕੋਈ ਮਾਲਕ ਨਾ ਹੋਵੇ। ਬੇ ਦਾ ਮਾਲਕ ਹੈ, ਉਹਦੀ ਮਰਜ਼ੀ ਦਾ ਚੱਲ, ਉਹਦੀ ਬਣਾਈ ਹੋਈ ਦਿਸ਼ਾ ਤੇ, ਉਹਦੀ ਨਿਸ਼ਚਿਤ ਕੀਤੀ ਹੋਈ ਸਪੀਡ ਤੇ ਚੱਲਣਾ ਹੈ। ਕੈਪਟਨ ਜਿੰਦਾ ਕੋਈ ਕੈਪਟਨ ਹੀ ਨਾ ਹੋਵੇ, ਉਹਨੂੰ ਕਹਿੰਦੇ ਨੇ ਨਿਖਸਮਾ। ਬਿਨਾਂ ਖਸਮ ਤੋਂ ਜ਼ਿੰਦਗੀ, ਸਾਡੇ ਜੀਵਨ ਇੱਕ ਬੇੜਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਨਿਖਸਮਾ ਬੇੜਾ ਹੈ। ਅਸੀਂ ਕਦੀ ਵੇਖਿਆ ਸਾਡੀ ਜ਼ਿੰਦਗੀ ਨੂੰ ਕੌਣ ਚਲਾਉਂਦਾ? ਜੀਵਨ ਇੱਕ ਬੇੜਾ ਹੈ। ਬਾਬਾ ਕਬੀਰ ਜੀ ਨੇ ਬੜੇ ਇੱਕ ਲਫ਼ਜ਼ ਵਿੱਚ ਬਹੁਤ ਕੁਝ ਪੜ੍ਹ ਦਿੱਤਾ ਹੈ, ਪਹਿਲੇ ਸ਼ਲੋਕ ਵਿੱਚ ਜੀਵਨ ਇੱਕ ਬੇੜਾ ਹੈ। ਪਰ ਕਦੀ ਤੂੰ ਆਪਣੇ ਜੀਵਨ ਦੇ ਬੇੜੇ ਨੂੰ ਚਲਾਉਣ ਵਾਲੇ ਖਸਮ ਨੂੰ ਵੇਖਿਆ? ਤੈਨੂੰ ਪਤਾ ਹੀ ਕੋਈ ਨਹੀਂ ਕੌਣ ਚਲਾ ਰਿਹਾ। ਅਜੀਬ ਗੱਲ ਹੈ, ਸੰਸਾਰ ਵਿੱਚ ਜਿਸ ਦੁਨੀਆ ਵਿੱਚ ਤੂੰ ਰਹਿਣਾ ਹੈ, ਇੱਥੇ ਵੀ ਜਦੋਂ ਜਹਾਜ਼ ਤੇ, ਬਹਿਰੀ ਜਹਾਜ਼ ਤੇ, ਕਿਸੇ ਕਰੂਜ਼ ਤੇ ਬੈਠਣਾ, ਤੈਨੂੰ ਦੱਸਿਆ ਜਾਂਦਾ ਵੀ ਇਹਦਾ ਕੋਈ ਕੈਪਟਨ ਹੈ, ਤੈਨੂੰ ਬਸ ਵਿਸ਼ਵਾਸ ਹੈ। ਤੈਨੂੰ ਨਹੀਂ ਪਤਾ ਉਹਨੇ, ਉਹਨੂੰ ਕਿੰਨਾ ਕੁ ਤਜਰਬਾ ਹੈ, ਕਿੰਨਾ ਕੁ ਐਕਸਪੀਰੀਅੰਸ ਹੈ। ਔਰ ਕਿਹੜੀ ਅਜੀਬ ਕਹਾਣੀ ਹੈ ਕਿ ਜਹਾਜ਼ ਵਿੱਚ ਬੈਠਣਾ ਕੋਈ ਆਸਾਨ ਨਹੀਂ, ਕੋਈ ਸੌਖਾ ਫੈਸਲਾ ਨਹੀਂ। ਇੱਕ ਵਾਰ ਬਹਿ ਗਿਆ ਤੇ ਬਹਿ ਗਿਆ, ਜ਼ਿੰਦਗੀ ਤਾਂ ਉਹਦੇ ਹਵਾਲੇ ਕਰਤੀ ਜਿਹਨੂੰ ਵੇਖਿਆ ਵੀ ਨਹੀਂ, ਜਿਹਨੂੰ ਵੇਖਿਆ ਵੀ ਨਹੀਂ, ਜਿਹਦੇ ਬਾਰੇ ਤੂੰ ਕੁਝ ਜਾਣਦਾ ਹੀ ਨਹੀਂ, ਉਹ ਹੈ ਵੀ ਕਿ ਨਹੀਂ। ਤੈਨੂੰ ਆਵਾਜ਼ ਸੁਣੀ ਕੰਨਾਂ ਵਿੱਚ, ਉਹਨੇ ਅਨਾਊਂਸ ਕਰ ਦਿੱਤਾ ਕਿ ਇਸ ਜਹਾਜ਼ ਦਾ, ਇਸ ਕਰੂਜ਼ ਦਾ ਫਲਾਣਾ ਕੈਪਟਨ ਹੈ। ਬਸ ਤੂੰ ਆਪਣੀ ਜਾਨ, ਆਪਣਾ ਸਮਾਨ ਉਹਦੇ ਹਵਾਲੇ ਕਰ, ਤੂੰ ਹੁਣ ਉਸ ਜਹਾਜ਼ ਕਰੂਜ਼ ਵਿੱਚ ਬੈਠ ਕੇ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦਾ ਕਿ ਮੈਨੂੰ ਖਤਰਾ ਨਜ਼ਰ ਆਉਂਦਾ ਹੀ ਤਾਂ ਚੱਲ। ਤੇਰੀ ਮਰਜ਼ੀ ਖਤਮ ਹੋ ਗਈ, ਤੇ ਬਾਬਾ ਕਬੀਰ ਨੇ ਵੀ ਉਹ ਗੱਲ ਆਖ ਦਿੱਤੀ, ਕਹਿਣ ਲੱਗੇ ਪਹਿਲਾਂ ਤਾਂ ਨਿਗੁਸਾਏ ਬਹਿ ਗਏ, ਜਿਸ
ਜਿਵੇਂ ਦਾ ਖਸਮ ਕੋਈ ਨਹੀਂ ਸੀ, ਮਲਾ ਕੋਈ ਨਹੀਂ ਸੀ, ਉਹ ਬੇੜੇ ਰੁੜ ਗਏ। ਵਹਿ ਗਏ ਦਾ ਮਤਲਬ ਹੁੰਦਾ ਵਹਿ ਜਾਣਾ, ਵਹਿਣ ਵਿੱਚ ਵਹਿ ਜਾਣਾ, ਆਪਣੀ ਪੰਜਾਬੀ ਬੋਲੀ ਵਹਿ ਜਾਣ ਦਾ ਮਤਲਬ ਹੁੰਦਾ ਰੁੜ ਜਾਣਾ। ਜਿਨ੍ਹਾਂ ਦੇ ਜੀਵਨ ਦੇ ਬੇੜੇ ਨਿਖਸਮੇ ਨੇ, ਖਸਮ ਸਹੀ ਕੋਈ ਨਹੀਂ, ਮਲਾਈ ਕੋਈ ਨਹੀਂ, ਨਾ ਉਹ ਗੁਰੂ ਨਾਲ ਜੁੜੇ ਨੇ, ਨਾ ਉਹ ਰੱਬ ਨਾਲ ਜੁੜੇ ਨੇ, ਨਾ ਉਹਨੂੰ ਧਰਮ ਦੀ ਕਿਸੇ ਦਿਸ਼ਾ ਦਾ ਪਤਾ ਵੀ ਕਿਹੜੇ ਪਾਸੇ ਜਾਣਾ ਹੈ, ਮੇਰਾ ਪਾਰਲਾ ਕਿਨਾਰਾ ਕਿਹੜਾ ਹੈ, ਜਿੱਥੇ ਮੈਂ ਸੱਜਣ ਨੂੰ ਜਾ ਕੇ ਮਿਲਦਾ, ਮੇਰਾ ਪਾਰ ਸੱਜਣ ਜਿਹੜਾ ਰਹਿੰਦਾ ਉਹ ਕਿੱਥੇ ਰਹਿੰਦਾ, ਇਹ ਵੀ ਕੋਈ ਪਤਾ ਨਹੀਂ। ਕਿੱਡੀ ਅਜੀਬ ਘਟਨਾ ਹੈ ਜ਼ਿੰਦਗੀ ਦੀ, ਸਾਰਾ ਕੁਛ ਨਿਖਸਮਾ ਹੋ ਗਿਆ। ਪਰ ਇਹ ਗੱਲ ਕਰੂਜ਼ ਵਾਲੇ ਕੋਲ ਨਹੀਂ, ਉੱਥੇ ਤੁਹਾਨੂੰ ਲਿਖ ਕੇ ਪਹਿਲਾਂ ਉਹ ਤੁਹਾਨੂੰ ਲਿਸਟ ਦਿੰਦਾ ਵੀ ਤੁਹਾਡਾ ਇਹ ਬੇੜਾ ਕਿਸ ਕਿਨਾਰੇ ਤੇ ਤੈਨੂੰ ਲਾਏਗਾ। ਜਦੋਂ ਤੁਸੀਂ ਕੋਈ ਕਰੂਜ਼ ਟਿਕਟ ਲੈਂਦੇ ਹੋ ਕੀ ਹੁੰਦਾ, ਉਹਨੂੰ ਟਿਕਟ ਲੈਣ ਤੋਂ ਪਹਿਲਾਂ ਪੜ੍ਹਦੇ ਹੋ ਮੈਨੂੰ ਕਿਸ ਕਿਨਾਰੇ ਤੋਂ ਚੁੱਕੇਗਾ, ਕਿਸ ਕਿਨਾਰੇ ਤੇ ਲਾਏਗਾ, ਕੀ ਮੈਂ ਉਸੇ ਕਿਨਾਰੇ ਤੇ ਜਾਣਾ ਚਾਹੁੰਦਾ, ਮੇਰਾ ਸਾਜਨ ਉੱਥੇ ਹੀ ਹੈ, ਵੀ ਕੋਈ ਪਤਾ ਨਹੀਂ, ਮਲਾ ਵੀ ਨਹੀਂ ਦੇਖਿਆ। ਕਿਹੜੀ ਅਜੀਬ ਗੱਲ ਹੈ, ਉਹਦਾ ਐਕਸਪੀਰੀਅੰਸ ਵੀ ਨਹੀਂ ਜਾਣਿਆ, ਪਤਾ ਨਹੀਂ ਡੋਬਣ ਵਾਲਾ ਕਿ ਤਰਨ ਵਾਲਾ, ਉਹਨੂੰ ਤਾਂ ਚਲਾਉਣਾ ਆਉਂਦਾ ਵੀ ਕਿ ਨਹੀਂ ਆਉਂਦਾ, ਮੈਨੂੰ ਤੇ ਨਹੀਂ ਆਉਂਦਾ ਸੀ, ਤੈਨੂੰ ਵੀ ਨਹੀਂ ਆਉਂਦਾ ਸੀ। ਗੁਰੂ ਨੇ ਕਹਿ ਦਿੱਤਾ ਨਿਗ ਸਾਹਿਬ ਬਹਿ ਗਏ, ਜਿਹਨਾਂ ਬੇੜਿਆਂ ਦੇ ਖਸਮ ਸਾਈ ਕੋਈ ਨਹੀਂ ਹੁੰਦੇ ਉਹ ਰੁੜ ਜਾਂਦੇ ਨੇ। ਲਓ ਸੰਖੇਪ ਵਿੱਚ ਇਹਦਾ ਕਲੀਅਰ ਰੱਖੇ, ਨਿਗ ਸਾਹਿਬ ਬਹਿ ਗਏ, ਜਿਹਨਾਂ ਬੇੜਿਆਂ ਦੇ ਮਲਾਹ ਕੋਈ ਨਹੀਂ ਹੁੰਦੇ ਰੁੜ ਜਾਂਦੇ। ਹੁਣ ਅਜੀਬ ਗੱਲ ਹੈ, ਰੁੜ ਜਾਣਾ ਤਾਂ ਵੱਖਰੀ ਗੱਲ ਹੈ, ਵਿਸ਼ਵਾਸ ਹੋਰ ਗੱਲ ਹੈ ਕਿ ਜਿਹੜਾ ਬੇੜੇ ਵਿੱਚ ਬੈਠ ਗਿਆ ਉਹਨੇ ਆਪਣਾ ਜੀਵਨ ਦਾ ਸਭ ਕੁਝ ਹਵਾਲੇ ਕਰ ਦਿੱਤਾ, ਇੱਕ ਨਾਮ ਸੁਣ ਕੇ ਕਹਿੰਦਾ ਕੋਈ ਕੈਪਟਨ ਹੈ ਜਿਹਨੂੰ ਜਾਣਦਾ ਹੀ ਨਹੀਂ, ਜਿਹਦੇ ਬਾਰੇ ਕੁਛ ਨਹੀਂ ਪਤਾ। ਜਿਸ ਵੇਲੇ ਬੇੜੇ ਵਿੱਚ ਬਹਿ ਗਿਆ ਫਿਰ ਤੇਰੀ ਮਰਜ਼ੀ ਬਿਲਕੁਲ ਨਹੀਂ ਚੱਲਣੀ, ਉਹ ਕਹਿੰਦੀ ਲੈਨ ਵਿੱਚ ਕਹਿ ਦਿੱਤਾ, ਬਾਬਾ ਕਬੀਰ ਜੀ ਨੇ ਅਗਲੀ ਲੈਨ ਵਿੱਚ ਕਹਿ ਦਿੱਤਾ, ਕਹਿੰਦੇ ਦੀਨ ਗਰੀਬੀ ਆਪਣੀ ਕਰਤਾ ਹੋਏ ਸੋ ਹੋਏ, ਆਪਣੀ ਨਿਮਰਤਾ ਅਤੇ ਆਪਣਾ ਸਮਰਪਣ ਪਾਣੀ ਇਸੇ ਗੱਲ ਵਿੱਚ ਹੈ ਵੀ ਹੁਣ ਉਹ ਮਲਾਹ ਦੇ ਹੱਥ ਵਿੱਚ ਆ, ਜੋ ਕੁਝ ਕਰੇ ਠੀਕ ਹੈ, ਕਰਤਾ ਹੋਏ ਸੋ ਉਹਦੇ ਹਵਾਲੇ ਕਰ ਦਿੱਤਾ ਜੀਵਨ, ਉਹਨੇ ਬਾਈ ਜਾਣਦਾ ਨਹੀਂ। ਕਿੰਨੀ ਅਜੀਬ ਗੱਲ ਹੈ, ਤੁਸੀਂ ਜਹਾਜ਼ ਵਿੱਚ ਬੈਠ ਜਾਂਦੇ ਹੋ, ਜਿਸ ਪਾਇਲਟ ਬਾਰੇ ਤੁਹਾਨੂੰ ਅਨਾਊਂਸ ਕਰ ਦਿੰਦੇ ਨੇ ਕਿ ਫਲਾਣਾ ਕੈਪਟਨ ਫਲਾਣਾ ਪਾਇਲਟ ਇਸ ਜਹਾਜ਼ ਵਿੱਚ ਉਡਾਨ ਭਰ ਰਹੇ, ਇਹ ਰੋਜ਼ਾਨਾ ਜੀਵਨ ਦੀ ਗੱਲ, ਉਹ ਤੁਹਾਨੂੰ ਵਿਖਾਇਆ ਵੀ ਨਹੀਂ ਜਾਂਦਾ। ਕਦੇ ਤੁਸੀਂ ਉੱਥੇ ਸਵਾਲ ਕੀਤਾ ਕਿ ਕਮ ਸੇ ਕਮ ਮੈਨੂੰ ਇਹਦਾ ਸਰਟੀਫਿਕੇਟ ਜਿੱਥੇ ਇਹਨੇ ਪਾਸ ਕੀਤੀ ਫਲਾਈ ਕਰਨਾ, ਸਾਨੂੰ ਕੁਝ ਦਿਖਾਓ ਇਹਦੇ ਕਿੰਨਾ ਐਕਸਪੀਰੀਅੰਸ ਹੈ, ਕਦੇ ਕੋਈ ਸਵਾਲ ਕੀਤਾ? ਹਾਲਾਂਕਿ ਪਤਾ ਆਕਾਸ਼ ਵਿੱਚ ਜਦੋਂ ਚਲਾ ਗਿਆ ਉੱਥੇ ਸਾਡੀ ਮਰਜ਼ੀ ਕੁਛ ਨਹੀਂ ਚੱਲਣੀ। ਜੀਵਨ ਦਾ ਕਿੱਡਾ ਵੱਡਾ ਰਿਸਕ ਹੈ, ਧਰਤੀ ਤੇ ਵੀ ਐਕਸੀਡੈਂਟ ਹੋ ਜਾਏ, ਕੋਈ ਬਚ ਸਕਦਾ? ਆਸਮਾਨ ਤੇ ਹੋ ਜਾ ਕੀ ਕਰੇਗਾ? ਤੇ ਜਿਹਨੇ ਸਾਨੂੰ ਆਸਮਾਨ ਤੇ ਲੈ ਜਾਣਾ ਹੈ ਧਰਤੀ ਤੋਂ ਚੁੱਕ ਕੇ, ਉਹਦੇ ਬਾਰੇ ਕੁਝ ਪਤਾ ਹੀ ਨਹੀਂ, ਪਰ ਉਹਦੇ ਹਵਾਲੇ ਜੀਵਨ ਕਰਨੇ ਆ। ਜਦੋਂ ਅਸੀਂ ਜਹਾਜ਼ 'ਚ ਬੈਠ ਜਾਂਦੇ ਹਾਂ ਫਿਰ ਸਭ ਕੁਝ ਹੁੰਦਾ, ਕਰਨੇ ਉਹਨੂੰ ਜਾਣਦੇ ਨੇ। ਪਰ ਗੁਰੂ ਕਹਿੰਦੇ ਕਿਹੜੀ ਅਜੀਬ ਗੱਲ ਹੈ, ਇੱਕ ਜੀਵਨ ਦਾ ਬੇੜਾ ਹੈ, ਜੀਵਨ ਦਾ ਬੇੜਾ ਹੈ, ਇਸ ਸੰਸਾਰ ਸਮੁੰਦਰ ਵਿੱਚ ਮੌਜੂਦ ਹੈ, ਹਰ ਕਿਸੇ ਦਾ ਜੀਵਨ ਦਾ ਬੇੜਾ ਹੈ ਸੰਸਾਰ ਸਮੁੰਦਰ ਵਿੱਚ। ਇੱਥੇ ਲੋਭ ਦੀਆਂ ਲਹਿਰਾਂ ਵੀ ਨੇ, ਆਪਾਂ ਹੁਣੇ ਪੜ੍ਹ ਰਹੇ ਸਨ, ਲੋਭ ਲਹਿਰ ਅਤੇ ਨਿਜਰ ਬਾਜੇ ਕਾਇਆ ਡੂਬੇ ਕੇਸਵਾ ਸੰਸਾਰ ਸਮੁੰਦੇ
ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ, ਅਗਲੇ ਪਾਸੇ ਲਫਸਲ ਅਨਲ ਬੇੜਾ ਹਾਂ ਖੇਵਣਾ ਸਾਖੋ। ਮੈਨੂੰ ਖੇਵਣਾ ਨਹੀਂ ਆਉਂਦਾ, ਮੈਂ ਬਲਾ ਨਹੀਂ, ਮੈਨੂੰ ਨਹੀਂ ਪਤਾ ਇਹ ਬੇੜਾ ਕਿਵੇਂ ਚਲਾਈਦਾ। ਤੇਰਾ ਪਾਰ ਨਾ ਪਾਇਆ ਬੀਠਲਾ, ਮੈਨੂੰ ਇਹ ਵੀ ਪਤਾ ਨਹੀਂ ਕਿਸ ਕਿਨਾਰੇ ਤੇ ਤੂੰ ਹੈ, ਕਿਹੜਾ ਤੇਰਾ ਪਾਰ ਹੈ ਜਿੱਥੇ ਮੈਂ ਪਹੁੰਚਾ। ਮੈਨੂੰ ਤਾਂ ਤੇਰੇ ਐਡਰੈਸ ਦਾ ਵੀ ਪਤਾ ਨਹੀਂ। ਬੜੀ ਅਜੀਬ ਗੱਲ, ਕਿੰਨਾ ਅੰਧੇਰੇ ਵਿੱਚ ਮਨੁੱਖ ਦਾ ਜੀਵਨ ਹੈ। ਬਾਬਾ ਕਬੀਰ ਜੀ ਦੇ ਇੱਕ ਸਲੋਕ ਵਿੱਚ ਕਿਹੜਾ ਕਲੀਅਰ ਕੀਤਾ ਹੈ, ਕਹਿੰਦਾ ਕਿਹੜੀ ਅਜੀਬ ਗੱਲ ਹੈ, ਤੇਰਾ ਪਾਰ ਨਾ ਪਾਇਆ ਬੀਠਲਾ, ਮੈਨੂੰ ਤਾਂ ਤੇਰੇ ਪਾਰ ਦਾ ਵੀ ਪਤਾ ਨਹੀਂ, ਤੇਰੇ ਐਡਰੈਸ ਦਾ ਵੀ ਪਤਾ ਨਹੀਂ, ਤੂੰ ਕਿਹੜੇ ਪਾਰ ਰਹਿਣਾ ਹੈ। ਯਾਸ ਬੈਠਾ ਬੇੜੇ ਵਿੱਚ ਬੈਠਾ ਤੇ ਬੇੜਾ ਨਿਖਸਮਾ ਹੈ, ਇਹਦਾ ਮਲਾ ਕੋਈ ਨਹੀਂ, ਉਹਦੀ ਗੱਲ ਦੇ ਕੁਆਲੀਫਿਕੇਸ਼ਨ ਦਾ ਕੋਈ ਪਤਾ ਨਹੀਂ, ਤੇਰੇ ਐਡਰੈਸ ਦਾ ਪਤਾ ਨਹੀਂ, ਕਿੱਥੇ ਜਾਣਾ, ਤੇਰਾ ਪਾਰ ਨਾ ਪਾਇਆ ਬੀਠਲਾ। ਹੁਣ ਅਗਲੀ ਲਾਈਨ ਪੜ੍ਹੋ, ਜਵਾਬ ਮਿਲਦਾ ਹੈ। ਤੇਰਾ ਐਡਰੈਸ ਜਾਣਦਾ ਹੋਵੇ ਆਪਣਾ ਮਲਾ ਪੇਜ, ਜਿਹੜਾ ਤੇਰਾ ਐਡਰੈਸ ਜਾਣਦਾ ਹੋਵੇ, ਮੈਨੂੰ ਤੇ ਬੇੜਾ ਵੀ ਚਲਾਉਣਾ ਨਹੀਂ ਆਉਂਦਾ, ਮੈਨੂੰ ਪਾਰ ਦਾ ਵੀ ਪਤਾ ਨਹੀਂ ਕਿਹੜੇ ਪਾਰ ਤੂੰ ਰਹਿਣਾ, ਤੇਰੇ ਐਡਰੈਸ ਦਾ ਵੀ ਮੈਨੂੰ ਪਤਾ ਨਹੀਂ। ਹੋ ਦਿਆਲ ਸਤਿਗੁਰ ਮੇਲ ਤੂੰ ਮੋਕੋ ਪਾਰ ਉਤਾਰੇ ਕੇ ਸੁਆ, ਜਿਹੜਾ ਮੈਨੂੰ ਹੈ ਕੇ ਸੁਆ ਹੈ ਪ੍ਰਭੂ, ਜਿਹੜਾ ਤੇਰੇ ਕੋਲ ਮੈਨੂੰ ਪਹੁੰਚਾ ਦੇਵੇ, ਮੈਨੂੰ ਉਸ ਪਾਰ ਤੇ ਪਹੁੰਚਾ ਦੇਵੇ ਜਿਸ ਪਾਰ ਤੇ ਤੂੰ ਰਹਿਣਾ, ਮੈਂ ਤੇ ਪਾਰ ਜਾਣਦਾ ਨਹੀਂ। ਹੁਣ ਮਸਲਾ ਇਹ ਆ ਗਿਆ, ਤੂੰ ਕੌਣ ਹੈ? ਗੁਰਬਾਣੀ ਨੇ ਹਰ ਗੱਲ ਦਾ ਜਵਾਬ ਦਿੱਤਾ। ਬਾਬਾ ਕਬੀਰ ਜੀ ਨੇ ਐਵੇਂ ਲਫ਼ਜ਼ ਨਹੀਂ ਕਰ, ਜੇ ਬਾਬਾ ਕਬੀਰ ਜੀ ਦੇ ਇਹ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ ਗਈ ਹੈ ਤੇ ਐਵੇਂ ਨਹੀਂ ਰੱਖੀ ਗਈ। ਵਿਚਾਰਧਾਰਕ ਕਿੰਨਾ ਸੁਮੇਲ ਹੈ। ਹੁਣ ਗੁਰੂ ਸਾਹਿਬ ਜਵਾਬ ਦਿੰਦੇ, ਕਹਿੰਦੇ ਨੇ ਗੁਰ ਬੇੜਾ ਵੀ ਹੈ, ਜਹਾਜ਼ ਵੀ ਹੈ, ਗੁਰੂ ਖੇਵਟ ਮਲਾ ਵੀ ਹੈ। ਖੇਵਟ ਦਾ ਮਤਲਬ ਹੁੰਦਾ ਮਲਾ। ਗੁਰੂ ਜਹਾਜ਼ ਵੀ ਹੈ, ਗੁਰੂ ਖੇਵਟ ਵੀ ਹੈ। ਬਿਨਾਂ ਗੁਰੂ ਦੇ ਜਹਾਜ਼ ਦੇ ਬੈਠਿਆਂ, ਬਿਨਾਂ ਖੇਵਟ ਦੇ ਉਸ ਗੁਰੂ ਖੇਵਟ ਦੇ ਚਲਾਇਆ, ਤੈਨੂੰ ਉਹ ਕਿਨਾਰਾ ਨਹੀਂ ਮਿਲ ਸਕਦਾ ਜਿਸ ਕਿਨਾਰੇ ਤੇਰਾ ਸਾਜਣ ਰਹਿੰਦਾ ਪਾਰ ਸਾਜਣ। ਇਹਨਾਂ ਦੋਹਾਂ ਚੀਜ਼ਾਂ ਦੀ ਲੋੜ ਹੈ। ਗੁਰੂ ਨੇ ਬਾਣੀ ਅੰਦਰ ਬਾਰ ਬਾਰ ਇੱਕ ਗੱਲ ਦ੍ਰਿੜ ਕਰਾਈ, ਕਹਿਣ ਲੱਗੇ ਜੀਵਨ ਕਰ ਦਿੰਦੇ। ਜਦੋਂ ਜਹਾਜ਼ ਚ ਬੈਠ ਕੇ ਜੀਵਨ ਉਹਦੇ ਹਵਾਲੇ ਹੋ ਗਿਆ, ਡੋਬੇ ਭਾਵੇਂ ਤਾਰੇ, ਕਿਹੜੇ ਕਿਨਾਰੇ ਲਾਵੇਗਾ ਜਾਣਦੇ ਨਹੀਂ। ਜਦੋਂ ਜਹਾਜ਼ ਵਿੱਚ ਬੈਠ ਗਏ, ਹਵਾਈ ਜਹਾਜ਼ ਚ ਬੈਠ ਗਏ, ਉਦੋਂ ਵੀ ਅਸੀਂ ਪਾਇਲਟ ਨੂੰ ਵੇਖਿਆ ਨਹੀਂ, ਪਰ ਜੀਵਨ ਉਹਦੇ ਹਵਾਲੇ ਕਰ ਦਿੱਤਾ। ਰੋਜ਼ ਕਰਦੇ
किस भरोसे नाल करने आ, सानू कोई यकीन है सानू साडे मंजिल ते उस पायलट ने पहुंचाना है कि नहीं पहुंचाना, रस्ते विच रह जाना है, कोई पता नहीं, पर करने आ ना। केडी अजीब गल है, गुरु कहिंदे जीवन दे बेड़े नूं संसार समुंदर तो पार करन लई ते उस पार साजन तक पहुंचाण लई जेड़ा बेड़ा ते बला है वह है गुरु। हुण कोई ये भी आखेगा कि मैं गुरु नूं नहीं जानदा, रोज असीं मत्था टेकने, रोज गुरु की गल करने, रोज गुरु की परिभाषा भी समझने, गुरु कौन है। जे जिंदगी दे 20-30 साल अंदर गुरु दे द्वारे बैठ बैठ के भी सानू पता लगा, पता नहीं लगा भी गुरु कौन है ते किहो जिहा है, किवें सानू पार करेगा, बड़ी अजीब गल है। असी उस पायलट ते किवें भरोसा कर रहे हैं, इहदे ते भरोसा नहीं करते, इत्थे असी अपना जीवन हवाले करते हैं, बिल्कुल नहीं। इत्थे भी तो मसला इहो ही है, तन मन धन सब सौंप गुर को, शर्त हो ही है। जहाज में तू तन मन सौंप रहे हैं, पायलट नहीं जानता। क्रूज में तू तन मन सौंप रहे हैं, तू कैप्टन नहीं जानता। पर जाते आख दे मेरा गुरु नाल कोई संबंध नहीं, मैं गुरु नूं नहीं जानदा। फिर सतगुरु दी बाणी एक जवाब देवेगी, नानक गुरु ना चेतनी, नानक गुरु ना चेतनी, मन अपने अंदर छुट्टे आ, कहो नानक सोना निखसमा। खेत विच छड़ दिता गया, निखसमा हो गया, हुण जिहड़ा मर्जी उहनूं वढ के लै जाए, तिलां दे खेत विच बुआड़ दा बूटा जिहदा खसम कोई नहीं, तिलां दे खेत विच पैदा होया। सतगुरु ने आखिया, नानक गुरु न चेतनी, मन अपने सुचेत, छुट्टे तिल बुआड़ ज्यों, जिवें तिलां दे खेत विच बुआड़ दा बूटा सी, किसान ने तिल तां वढ के घर लै गया, बुआड़ दा बूटा उत्थे ही छड़ दिता। जिहड़ा मर्जी वढ के लै जा, उह फिर किन्नां दे कम आउंदा, अज कल ते नहीं, इत्थे ते नहीं। पर पंजाब दी धरती ते जिन्हां बजुर्गां ने देखिया, जिहड़ियां पट्ठियां झुकदियां सन, शाम नूं दाणे भुनदियां सन, ओह खेतां विच जिहड़े छड्डे होए बूटे हुंदे सन ना, ओह वढ के लै आउंदियां सन, छड्ड दित्ते गए, ओह निकलदे। तिलां नूं कौण वट्टण दिंदा, किसे राखी करदे ने। ਜਦੋਂ ਖੇਤ ਪੱਕੇ ਹੁੰਦੇ ਨੇ, ਲੋਕ ਰਾਖੀ ਸਿਵੀ ਦਾ ਰਾਖੀ ਕਿਉਂ ਕਰਦਾ ਹੈ? ਕਿਸੇ ਨੂੰ ਆ ਕੇ ਆਪਣੀ ਕਣਕ, ਆਪਣੇ ਛੋਲੇ, ਆਪਣੇ ਧਾਨ ਵੱਢਣ ਦਿੰਦਾ? ਉਹਦਾ ਕੋਈ ਫਸਮ ਹੈ? ਉਹਦੀ ਰਾਖੀ ਕਰਦਾ ਹੈ? ਅਤੇ ਜਿਹੜਾ ਨਿਖਸਮਾ ਹੋ ਜਾਂਦਾ, ਉਹ ਕਿਸੇ ਦਾ ਨਹੀਂ ਰਹਿੰਦਾ। ਕਹਿਣ ਲੱਗੇ, ਜਿਵੇਂ ਨਿਖਸਮਾ ਕਿਸੇ ਦਾ ਨਹੀਂ ਰਹਿੰਦਾ, ਇਸੇ ਤਰ੍ਹਾਂ ਵਿਸ਼ਵਾਸ ਕਰੋ, ਜਿਹੜਾ ਇੱਕ ਮਲਾਹ ਦਾ ਬੇੜਾ ਨਾ ਬਣੇ, ਜਿਹੜਾ ਜੀਵਨ ਬੇੜਾ ਇੱਕ ਮਲਾਹ ਦਾ ਨਾ ਬਣੇ, ਸਮਝੋ ਉਹ ਵੀ ਨਿਖਸਮਾ ਹੋ ਜਾਂਦਾ ਹੈ, ਅਤੇ ਉਹ ਸੰਸਾਰ ਸਮੁੰਦਰ ਵਿੱਚ ਰੁੜ ਜਾਂਦਾ ਹੈ, ਉਹਦਾ ਕੋਈ ਵਾਰਸ ਨਹੀਂ ਹੁੰਦਾ।
ਗੁਰੂ ਕਹਿੰਦੇ ਨੇ ਮਲਾਹ ਦਾ ਬਣਨ ਲਈ ਆਪਣਾ ਸਮਰਪਿਤ ਕਰਨਾ ਪੈਂਦਾ ਹੈ। ਜੇ ਗੁਰ ਜਹਾਜ਼ ਖੇਵਟ ਗੁਰੂ ਹੈ ਤੇ ਜਿਵੇਂ ਤੈਨੂੰ ਬਹਿਰੇ ਜਹਾਜ਼ ਵਿੱਚ ਆਪਣਾ ਆਪ ਸਮਰਪਿਤ ਕਰਨਾ ਪੈਂਦਾ, ਜਿਵੇਂ ਹਵਾਈ ਜਹਾਜ਼ ਵਿੱਚ ਤੈਨੂੰ ਆਪਣਾ ਆਪ ਸਮਰਪਿਤ ਕਰਨਾ ਪੈਂਦਾ, ਤੂੰ ਉਸ ਪਾਇਲਟ ਨੂੰ ਜਾਣਦਾ ਹੀ ਨਹੀਂ ਪਰ ਜੀਵਨ ਹਵਾਲੇ ਕਰ ਦਿੱਤਾ, ਉਹ ਭਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਲੈ, ਜੇ ਹੁਣ ਤੱਕ ਨਹੀਂ ਜਾਣਿਆ ਤਦ ਹੁਣ ਜਾਣ ਲੈ। ਇੰਨੀ ਤਾਂ ਗੱਲ ਸਾਡੇ ਸਾਹਮਣੇ ਸਵਾਲ ਹੈ। ਜਿਹੜਾ ਆਪਣੇ ਗੁਰੂ ਨੂੰ ਨਹੀਂ ਪਛਾਣਦਾ ਉਹ ਪਛਾਣ ਲੈ, ਗੁਰੂ ਨੇ ਆਪਣੇ ਆਪ ਨੂੰ ਛੁਪਾ ਕੇ ਨਹੀਂ ਰੱਖਿਆ, ਬਲਕਿ ਸਾਨੂੰ ਨੇ ਤਾਂ ਬਾਣੀ ਵਿੱਚ ਇੱਥੋਂ ਤੱਕ ਕਹਿ ਦਿੱਤਾ ਜਿਹੜਾ ਗੁਰੂ ਨੂੰ ਛੁਪਾਉਂਦਾ ਹੈ ਉਹ ਵੀ ਗੁਨਾਹਗਾਰ ਹੈ। ਗੁਰਬਾਣੀ ਜੀ ਤੋਂ ਕਹਿ ਲੱਗੇ ਜੋ ਗੁਰ ਗੋਪੇ ਆਪਣਾ ਦੇ ਨਰਮੁਰਿਆਰੀ, ਗੋਪਨ ਦਾ ਅਰਥ ਹੁੰਦਾ ਹੈ ਛੁਪਾਣਾ, ਆਮ ਬੋਲੀ ਹੈ ਯੂਪੀ ਦੀ ਗੋਪਨੀਯ ਗੱਲ ਹੈ, ਉਹ ਕਹਿੰਦੇ ਨੇ ਭਾਵ ਜਿਹੜੀ ਅੰਦਰ ਦੀ ਗੱਲ ਹੈ ਛੁਪੀ ਹੋਈ ਗੱਲ ਹੈ, ਉਹ ਮਸਲਾ ਜਿਹੜਾ ਗੋਪਨੀਯ ਹੈ ਜਿਹਨੂੰ ਛੁਪਾਇਆ ਗਿਆ ਹੈ। ਤੇ ਗੁਰੂ ਕਹਿੰਦੇ ਨੇ ਵਿਸ਼ਵਾਸ ਕਰ, ਜਿਹੜਾ ਆਪਣੇ ਗੁਰੂ ਨੂੰ ਗੋਪਦਾ ਹੈ ਛੁਪਾਉਂਦਾ ਉਹਦੇ ਵਰਗਾ ਬੁਰਾ ਕੋਈ ਨਹੀਂ, ਕਿਉਂਕਿ ਗੁਰੂ ਨੇ ਤਾਂ ਆਪਣੇ ਆਪ ਨੂੰ ਛੁਪਾ ਕੇ ਰੱਖਿਆ ਨਹੀਂ। ਜਿਹੜਾ ਛੁਪਾਉਂਦਾ ਉਹ ਬੁਰਾ, ਗੁਰੂ ਕਹਿੰਦੇ ਨੇ ਮੈਂ ਤਾਂ ਉਹਦੇ ਦਰਸ਼ਨ ਵੀ ਨਹੀਂ ਕਰਨਾ ਚਾਹੁੰਦਾ ਜਿਹੜਾ ਗੁਰੂ ਦਾ ਨਾਮ ਛੁਪਾਵੇ, ਜਿਹੜਾ ਗੁਰੂ ਦੀ ਵਡਿਆਈ ਛੁਪਾਵੇ ਅਤੇ ਪ੍ਰਗਟ ਨਾ ਕਰੇ। ਅਤੇ ਜੇ ਗੁਰੂ ਦੀ ਵਡਿਆਈ ਪ੍ਰਗਟ ਕਰਨ ਵਾਸਤੇ ਇਹ ਅਸਥਾਨ ਬਣੇ ਨੇ, ਜੇ ਗੁਰਿਆਈ ਗੁਰੂ ਦੀ ਵਡਿਆਈ ਨੂੰ ਸਮਝਣ ਵਾਸਤੇ ਹੀ ਸਤਸੰਗ ਬਣੇ ਨੇ, ਜੇ ਗੁਰੂ ਦੀ ਵਡਿਆਈ ਸਮਝਣ ਅਤੇ ਸਮਝਾਉਣ ਲਈ ਪ੍ਰਚਾਰਕ ਬਣੇ ਨੇ, ਤਾਂ ਵਿਸ਼ਵਾਸ ਕਰੋ ਜੇ ਇੰਨਾ ਕੁਝ ਸਾਨੂੰ ਦੇਖ ਕੇ ਪੜ੍ਹ ਕੇ ਸੁਣ ਕੇ ਵੀ ਸਾਨੂੰ ਗੁਰੂ ਅੱਗੇ ਆਪਣਾ ਆਪ ਸਮਰਪਿਤ ਕਰਨਾ ਔਖਾ ਹੈ, ਪਾਇਲਟ ਦੇ ਅੱਗੇ ਸੌਖਾ ਹੈ। ਇਹ ਉਹਦਾ ਨਤੀਜਾ ਇਹ ਹੈ ਕਿ ਅਸੀਂ ਉਸ ਬੇੜਿਆਂ 'ਤੇ ਤਾਂ ਅਸਵਾਰ ਹੋ ਰਹੇ ਹਾਂ ਪਰ ਜਿਹੜਾ ਸਾਡਾ ਜੀਵਨ ਦਾ ਬੇੜਾ ਹੈ ਉਹ ਬਿਨਾਂ ਮਲਾਹ ਤੋਂ ਨਿਖਸਮਾ ਹੋ ਕੇ ਰਹਿ ਗਿਆ ਹੈ। ਕਿਉਂਕਿ ਗੁਰੂ ਨੂੰ ਆ ਕੇ ਮੱਥਾ ਟੇਕ ਲੈਣਾ ਹੀ ਗੁਰੂ ਵਾਲਾ ਬਣਨਾ ਨਹੀਂ, ਗੁਰੂ ਨੂੰ ਸਮਝਣਾ ਕਿ ਗੁਰੂ ਅਨੁਸਾਰ ਜਿਉਣਾ, ਮਲਾਹ ਦਾ ਕੀ ਮਤਲਬ ਹੈ, ਜਦੋਂ ਤੁਸੀਂ ਉਹਦੇ ਹਵਾਲੇ ਹੋ ਗਏ ਫਿਰ ਆਪਣੀ ਮਰਜ਼ੀ ਨਹੀਂ ਚਲਾ ਸਕਦੇ, ਉਹਦੀ ਮਰਜ਼ੀ 'ਤੇ ਨਿਰਭਰ ਹੋ ਗਏ। ਅਤੇ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆ ਦਿੱਤੀ, ਕਿਉਂਕਿ ਮੈਂ ਚਾਹੁੰਦਾ ਸਾਂ ਅੱਜ ਦਾ ਮੈਨੂੰ ਐਸਾ ਸਲੋਕ ਸੀ ਜਿਹਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਕਿ ਇਸੇ ਸਲੋਕ 'ਤੇ ਆਪਾਂ ਸਮਾਂ ਲਗਾਈਏ। ਬਾਬਾ ਕਬੀਰ ਜੀ ਨੇ ਇਹ ਲੋਕ ਕਹਿ ਦਿੱਤੇ, ਕਹਿਣ ਲੱਗੇ ਕਬੀਰ ਗੁਸਾਏ ਗਏ ਜਿਹੜੇ ਨਿਕਸਮੇ ਸਾਡੇ, ਜਿਨ੍ਹਾਂ ਦਾ ਗੁਰੂ ਪੀਰ ਕੋਈ ਨਹੀਂ, ਜਿਨ੍ਹਾਂ ਦੇ ਜੀਵਨ ਦਾ ਮਲਾਹ ਕੋਈ ਨਹੀਂ, ਜਿਹੜੇ ਸੰਸਾਰ ਸਮੁੰਦਰ ਵਿੱਚ ਆਪਣੇ ਜੀਵਨ ਦਾ ਬੇੜਾ ਗਰਕ ਕਰ ਰਹੇ ਨੇ, ਖਤਮ ਕਰ ਰਹੇ ਨੇ, ਪਰ ਗੁਰੂ ਦੇ ਹਵਾਲੇ ਆਪਣਾ ਜੀਵਨ ਨਹੀਂ ਕਰਦੇ, ਗੁਰੂ ਕਹਿੰਦੇ ਨੇ ਉਹ ਰੁੜ ਜਾਂਦੇ ਨੇ, ਉਹਨਾਂ ਦਾ ਜੀਵਨ ਬਰਬਾਦ ਹੋ ਜਾਂਦਾ। ਕਿ ਉਹਨਾਂ ਦਾ ਮਲਾ ਕੋਈ ਨਹੀਂ ਸੀ, ਉਹ ਨਿਖਸਮੇ ਸਨ। Yeah.
ਤੇ ਨਿਮਰਤਾ ਇਸੇ ਗੱਲ ਵਿੱਚ ਹੈ ਕਿ ਬਲਾ ਦੇ ਸਾਹਮਣੇ ਗੁਰੂ ਦੇ ਸਾਹਮਣੇ ਆਪਣਾ ਆਪ ਸਮਰਪਣ ਕਰ ਤੇ ਐਸਾ ਸਮਰਪਣ ਕਰ ਕਿ ਕਰਤਾ ਹੋਏ ਸੋ ਹੋਏ, ਜੋ ਮੇਰਾ ਮਾਲਿਕ ਜੋ ਮੇਰਾ ਗੁਰੂ ਹੁਕਮ ਕਰੇਗਾ ਮੈਂ ਉਸ ਅਨੁਸਾਰ ਹੀ ਜੀਵਾਂਗਾ, ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਕਿਉਂਕਿ ਮੈਂ ਆਪਣਾ ਬੇੜਾ ਮਲਾਹ ਦੇ ਹਵਾਲੇ ਕਰ ਦਿੱਤਾ। ਜਿਸ ਦਿਨ ਚੱਪੂ ਮਲਾਹ ਕੋਲ ਚਲੇਗਾ ਫਿਰ ਤੇਰੀ ਮਰਜ਼ੀ ਖਤਮ ਹੋ ਗਈ। ਬਾਬਾ ਕਬੀਰ ਕਹਿ ਲੈਂਦੇ ਹਵਾਲੇ ਕਰਨਾ। ਮੈਨੂੰ ਤਰਨਾ ਨਹੀਂ ਆਉਂਦਾ, ਮੈਂ ਅਜਾਨ ਜਨ ਤਰਵੇ ਨਾ ਜਾਣੂ, ਮੈਨੂੰ ਤਰਨਾ ਨਹੀਂ ਆਉਂਦਾ, ਮੈਨੂੰ ਤਾਂ ਹੈ ਮਾਲਿਕ ਕਿੱਥੇ ਤੂੰ ਵਸਣਾ ਹੈ ਮੈਨੂੰ ਉਸ ਪਾਰ ਦਾ ਵੀ ਪਤਾ ਨਹੀਂ, ਅਡਰੈਸ ਦਾ ਵੀ ਪਤਾ ਨਹੀਂ। ਇਸ ਲਈ ਮੈਨੂੰ ਕੋਈ ਇਹ ਜਿਹਾ ਸੁਚੇਤ ਅਤੇ ਸਿਆਣਾ ਮਲਾਹ ਦੇ ਜਿਹੜਾ ਮੇਰਾ ਬੇੜਾ ਵੀ ਚਲਾਵੇ ਅਤੇ ਮੈਨੂੰ ਕਿਨਾਰੇ 'ਤੇ ਉਸ ਕਿਨਾਰੇ 'ਤੇ ਪਹੁੰਚਾਵੇ ਜਿੱਥੇ ਤੂੰ ਰਹਿਣਾ ਹੈ। ਇਹ ਦੋਨੋਂ ਚੀਜ਼ਾਂ, ਪਰ ਉਹਦੇ ਲਈ ਇੱਕ ਸ਼ਰਤ ਹੈ ਕਿ ਮੈਨੂੰ ਆਪਣਾ ਜੀਵਨ ਤੇਰੇ ਹਵਾਲੇ ਗੁਰੂ ਦੇ ਹਵਾਲੇ ਕਰਨਾ ਪਏਗਾ। ਤਨ ਮਨ ਧਨ ਸਭ ਸੌਂਪ ਗੁਰੂ ਕੋ। ਕਿਉਂ ਗੁਰੂ ਨੇ ਕਹਿ ਦਿੱਤਾ? ਆਵੋ ਸੰਤ ਪਿਆਰੇ, ਉਹ ਅਕਥ ਕੀ ਕਰੇ ਕਹਾਣੀ ਅਕਥ ਕੇ ਵੀ ਉਸਦੀ ਕਹਾਣੀ ਕੀ ਕਰੀਏ। ਕਹਿਣ ਲੱਗੇ ਕਿਤ ਦੁਆਰੇ ਪਾਈ ਹੈ, ਕਿਸ ਰਾਹੋਂ ਉਹ ਮਿਲੇ, ਕਿਸ ਟਿਕਾਣੇ 'ਤੇ ਉਸਨੂੰ ਪ੍ਰਾਪਤ ਕਰੀਏ, ਕਿਤ ਦੁਆਰੇ ਪਾਈ ਹੈ। ਅਤੇ ਜਵਾਬ ਸੀ, ਕਹਿਣ ਲੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈ। ਤਨ ਮਨ ਜੀਵਨ ਉਹਦੇ ਹਵਾਲੇ ਕਰਦੇ ਅਤੇ ਉਹਦੇ ਹੁਕਮ ਵਿੱਚ ਰਹਿਣ, ਉਹਦੀ ਮਰਜ਼ੀ ਵਿੱਚ ਜਿਉਣ ਦਾ ਸੁਭਾਅ ਬਣਾ। ਉਸੇ ਤਰ੍ਹਾਂ ਜਿਵੇਂ ਤੂੰ ਪਾਇਲਟ ਦੇ ਹਵਾਲੇ ਕਰ ਦਿੰਦਾ, ਫਿਰ ਤੇਰੀ ਮਰਜ਼ੀ ਨਹੀਂ, ਜ਼ਰਾ ਨਿਸ਼ਾਨ ਆਉਂਦਾ ਹੈ ਕਿ ਬੈਲਟ ਲਾ ਲਓ, ਜਿੱਥੇ ਕੁਝ ਖੜਾ ਉੱਥੇ ਛੇਤੀ ਨਾਲ ਆਪਣੀ ਸੀਟ 'ਤੇ ਜਾਂਦਾ, ਬੈਲਟ ਲਾ ਲੈਂਦਾ ਹੈ। ਜ਼ਰਾ ਕੋਈ ਨਿਸ਼ਾਨ ਆਉਂਦਾ, ਕੋਈ ਹੁਕਮ ਆਵਾਜ਼ ਆਉਂਦੀ, ਉਹਦੇ ਅਨੁਸਾਰ ਆਪਣੀ ਮਰਜ਼ੀ ਕੁਝ ਨਹੀਂ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਭਾਈ। ਬਸ ਇਸੇ ਤਰ੍ਹਾਂ ਜੀਵਨ ਦੇ ਬੇੜੇ ਨੂੰ ਕਿਨਾਰਾ ਮਿਲਣਾ, ਨਹੀਂ ਤਾਂ ਤਰਤ ਕੇ ਪਾਰ ਨਹੀਂ ਹੋ ਸਕਣਾ। ਗੁਰੂ ਨੇ ਆਖਿਆ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਤਰਿਓ ਨਾ ਕੋਏ। ਇਸ ਲਈ ਇਹੋ ਢੰਗ ਹੈ ਬਾਬਾ ਕਬੀਰ ਜੀ ਦੇ ਸਲੋਕ ਵਿੱਚ ਚੰਗੀ ਤਰ੍ਹਾਂ ਸਮਝਾਇਆ ਗਿਆ। ਸੋ ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਦੇ ਬੇੜੇ ਦਾ ਮਲਾ ਗੁਰੂ ਸਾਡੇ ਕੋਲ ਹੈ, ਜਿਹਨੂੰ ਅਸੀਂ 20-40 ਸਾਲ ਤੋਂ ਰੋਜ਼ ਦੇਖ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਸਮਝ ਰਹੇ ਹਾਂ। ਪਰ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਗੁਰੂ ਨੂੰ ਨਹੀਂ ਜਾਣਦੇ। ਇਹ ਤਾਂ ਕਹਿ ਸਕਦੇ ਹਾਂ ਹਵਾਈ ਜਹਾਜ਼ ਦੇ ਪਾਇਲਟ ਨੂੰ ਨਹੀਂ ਜਾਣਦੇ, ਪਰ ਇਹ ਨਹੀਂ ਕਹਿ ਸਕਦੇ ਵੀ ਅਸੀਂ ਗੁਰੂ ਨੂੰ ਨਹੀਂ ਜਾਣਦੇ। ਕਦੀ ਵੇਖੀਏ ਤਾਂ ਪ੍ਰੈਕਟੀਕਲੀ ਸਾਡੀ ਹਾਲਤ ਇਹੋ ਹੀ ਹੈ, ਅਸੀਂ ਉਸ 'ਤੇ ਪਾਇਲਟ 'ਤੇ ਵਿਸ਼ਵਾਸ ਕਰ ਰਹੇ ਹਾਂ, ਗੁਰੂ 'ਤੇ ਨਹੀਂ ਕਰ ਰਹੇ। ਗੁਰੂ ਬਖਸ਼ਿਸ਼ ਕਰੇ ਸਾਡੇ ਜੀਵਨ ਦਾ ਮਲਾਹ ਸਾਨੂੰ ਕਿਨਾਰੇ ਲਾਵੇ। ਇਹਨਾਂ ਲਫ਼ਜ਼ਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ। ਕੱਲ੍ਹ ਦੀ ਸਵੇਰ ਦੇ ਸਮਾਗਮ ਤੋਂ ਬਾਅਦ ਫਿਰ ਉਸੇ ਗਿਣਤੀ ਵਿੱਚ
किसी पायलट से विश्वास करके बैठना है जो गुरु करे उनके हुक्म विच तुहाडे कोलों सिर्फ इन्नी ही मंग करना भी किसी समय भी मेरी हाजरी गैर हाजरी विच भी इक्को ही मन अंदर विश्वास रखो कि साडा गुरु श्री गुरु ग्रंथ साहिब है। असी श्री गुरु ग्रंथ साहिब की बाणी तो मूँह मोड़ के किसी होर पासे नहीं जाना, बस इन्नी साडे मन का विश्वास होवे इन्हां शब्दां नाल फिर फतेह बुलाना। वाहेगुरु जी का खालसा वाहेगुरु जी की फतेह।